ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਖਾਨਪੁਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਉਂਦਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਜ਼ਖਮੀ ਹੋਏ 7 ਵਿਅਕਤੀਆਂ ਨੂੰ ਲਿਆਉਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਹਰਮੇਸ਼ ਸਿੰਘ ਵਾਸੀ ਹਰਬੰਸਪੁਰਾ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਵਾਲੀ ਥਾਂ ਪਹੁੰਚੇ SP ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਹੋਈ ਬਰਸਾਤ ਦੌਰਾਨ ਪਿੰਡ ਖਾਨਪੁਰ ਵਿਖੇ ਇੱਕ ਦਰਖਤ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਵਿਅਕਤੀ ਇਲਾਜ ਅਧੀਨ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਭਰਤੀ ਕਰਵਾਏ ਗਏ ਨੇ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅੱਜ ਸਵੇਰੇ ਪਿੰਡ ਖਾਨਪੁਰ ਦੇ ਵਿੱਚ ਕਾਸ਼ੀ ਬਿਜਲੀ ਗਿਰਨ ਨਾਲ ਸਿਵਲ ਹਸਪਤਾਲ ਦੇ ਵਿੱਚ 7 ਮਰੀਜ਼ ਆਏ ਨੇ ਸਾਡੇ ਕੋਲ, ਜਿਹੜੇ ਸਾਡੇ ਕੋਲ ਜੇਰੇ ਇਲਾਜ ਨੇ, ਪਰ ਇੱਕ ਮਰੀਜ਼ ਜਿਹੜੀ ਉਹਦੀ ਡੈਥ ਹੋ ਗਈ ਹੈ, ਬਰੋਡ ਡੈਥ ਹੀ ਸੀਗਾ ਸਾਡੇ ਕੋਲ। ਹਾਲਾਤ ਕਿਵੇਂ ਮਰੀਜ਼ ਠੀਕ ਨੇ ਇਸ ਵੇਲੇ ਦੇ? ਇਸ ਵੇਲੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ। ਇਸ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਬਰਸਾਤ ਦੌਰਾਨ ਉਹਨਾਂ ਤੋਂ ਇਲਾਵਾ 20 ਦੇ ਕਰੀਬ ਵਿਅਕਤੀ ਦਰਖਤ ਦੇ ਨਜ਼ਦੀਕ ਖੜੇ ਸਨ। ਬਿਜਲੀ ਡਿੱਗਣ ਤੋਂ ਬਾਅਦ ਧਮਾਕੇ ਨਾਲ ਉਹ ਖੇਤਾਂ ਵਿੱਚ ਜਾ ਡਿੱਗੇ ਅਤੇ ਜ਼ਖਮੀ ਹੋ ਗਏ। ਅਸੀਂ ਖਾਨਪੁਰ ਵਾਲੇ ਫਾਟਕ 'ਤੇ ਖੜੇ ਸੀ, ਉੱਥੇ ਇੱਕ ਲਖਤ ਹਨੇਰੀ ਆਈ, ਹਨੇਰੀ ਆਉਣ ਕਾਰਨ ਹਲਕੀ ਹਲਕੀ ਬਾਰਿਸ਼ ਹੋਈ, ਬਾਰਿਸ਼ ਕਾਰਨ ਅਸੀਂ ਪਿੱਪਲ ਥੱਲੇ ਖੜ ਕੇ, ਪਿੱਪਲ ਥੱਲੇ ਖੜਨ ਨਾਲ ਬਹੁਤ ਜ਼ੋਰ ਦੀ ਧਮਾਕਾ ਹੋਇਆ, ਜਿਵੇਂ ਕਿ ਬੱਦਲ ਫਟਿਆ ਹੁੰਦਾ। ਸਾਰੇ ਅਸੀਂ ਚੱਕ ਚੱਕ ਕੇ ਖੇਤਾਂ ਦੇ ਵਿੱਚ ਗਿਰੇ ਜੀ ਜਾ ਕੇ, ਉਹਦੇ ਨਾਲ ਸਾਨੂੰ ਬਾਅਦ 'ਚੋਂ ਕੁਛ ਨਹੀਂ ਪਤਾ ਲੱਗਿਆ ਜੀ। ਕਿੰਨੇ ਬੰਦੇ ਸੀਗੇ ਉਸ ਟਾਈਮ? ਬੰਦੇ ਘੱਟੋ ਘੱਟ ਹੋਣੇ ਆ ਜੀ 20-25-30 ਕੁ ਹੋਣੇ ਆ ਜੀ। ਤੁਸੀਂ ਤੁਹਾਡਾ ਪਿੰਡ ਕਿਹੜਾ? ਮੇਰਾ ਪਿੰਡ ਨਾਲੇ ਖਾਨਪੁਰ ਆ ਜੀ। ਇਸ ਮੌਕੇ ASP ਰਵਜੋਤ ਕੌਰ ਗਰੇਵਾਲ, SDM ਸੰਜੀਵ ਕੁਮਾਰ, ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਸੰਦੀਪ ਸਿੰਘ, ਥਾਣਾ ਸਰਹੰਦ ਦੇ ਇੰਚਾਰਜ ਸਰਬਜੀਤ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਜ਼ਖਮੀਆਂ ਦਾ ਦੁੱਖ ਸਾਂਝਾ ਕਰਨ ਲਈ ਪਹੁੰਚੇ। ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।